ਰੋਂਦੀ ਕੁਰਲਾਉਂਦੀ ਇਸ ਮਾਂ ਤੋਂ ਜਿਸ ਤੋਂ ਦੁੱਖ ਵੀ ਬੋਲ ਕੇ ਬਿਆਨ ਨੇ ਹੋ ਰਿਹਾ, ਇਸ ਦੇ ਨੌਜਵਾਨ ਪੁੱਤ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ। ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਹਲਕਾ ਡੇਰਾ ਬਾਬਾ ਨਾਨਕ ਤੋਂ ਸਾਹਮਣੇ ਆਇਆ, ਜਿੱਥੇ ਦਾਣਾ ਮੰਡੀ ਦੇ ਵਿੱਚ ਹਰਦੀਪ ਸਿੰਘ ਨਾਮ ਦੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਹੈ, ਜਿਸ ਨੂੰ ਪਹਿਲਾਂ ਤਾਂ ਫੋਨ ਕਰਕੇ ਘਰੋਂ ਮੰਡੀ 'ਚ ਬੁਲਾਇਆ ਜਾਂਦਾ ਹੈ ਤੇ ਜਦੋਂ ਇਹ ਨੌਜਵਾਨ ਮੰਡੀ 'ਚ ਪਹੁੰਚਦਾ ਹੈ ਤਾਂ ਉੱਥੇ ਪਹਿਲੇ ਹੀ ਬਦਮਾਸ਼ ਮੌਜੂਦ ਹੁੰਦੇ ਨੇ ਅਤੇ ਸਾਥੀਆਂ ਨਾਲ ਰਲ ਕੇ ਸ਼ਖਸ ਦੇ ਵੱਲੋਂ ਇਸ ਨੌਜਵਾਨ ਦਾ ਬੇਰਹਿਮੀ ਨਾਲ ਕਿਰਚਾਂ ਮਾਰ ਮਾਰ ਕੇ ਕਤਲ ਕਰ ਦਿੱਤਾ ਜਾਂਦਾ ਹੈ। ਉਸਦੀ ਲਾਸ਼ ਨੂੰ ਮੰਡੀ ਦੇ ਵਿੱਚ ਸੁੱਟ ਕੇ ਹੀ ਫਰਾਰ ਹੋ ਜਾਂਦੇ ਨੇ। ਜਦੋਂ ਘਰਦਿਆਂ ਤੱਕ ਤੇ ਮਾਂ ਤੱਕ ਇਹ ਖਬਰ ਪਹੁੰਚਦੀ ਹੈ ਤਾਂ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਂਦੀ ਹੈ। ਮਾਂ ਤੇ ਜਿਵੇਂ ਦੁੱਖਾਂ ਦਾ ਪਹਾੜ ਟੁੱਟ ਗਿਆ। ਇਸ ਕਦਰ ਰੋ ਰੋ ਬੁਰਾ ਹਾਲ ਹੈ ਕਿ ਮਾਂ ਤੋਂ ਬੋਲ ਕੇ ਦੁੱਖ ਵੀ ਨਹੀਂ ਦੱਸਿਆ ਜਾ ਰਿਹਾ ਕਿ ਆਪਣੇ ਪੁੱਤ ਦਾ ਵਿਛੋੜਾ ਨਹੀਂ ਸਹਿ ਪਾ ਰਹੀ ਹੈ। ਉੱਧਰ ਭੈਣਾਂ ਦਾ ਤੇ ਹੋਰ ਪਰਿਵਾਰਿਕ ਮੈਂਬਰਾਂ ਦਾ ਵੀ ਬੁਰਾ ਹਾਲ ਹੈ ਕਿ ਉਹਨਾਂ ਦੇ ਜਵਾਨ ਪੁੱਤ ਦਾ ਕਤਲ ਕਰ ਦਿੱਤਾ ਗਿਆ ਹੈ। ਮਾਂ ਨੇ ਦੱਸਿਆ ਕਿ ਪਹਿਲਾਂ ਤਾਂ ਉਸਦੇ ਪੁੱਤ ਨੂੰ ਫੋਨ ਕਰਕੇ ਮੰਡੀ ਦੇ ਵਿੱਚ ਬੁਲਾਇਆ ਗਿਆ ਤੇ ਜਿਵੇਂ ਉਹ ਮੰਡੀ 'ਚ ਗਿਆ ਤਾਂ ਉੱਥੇ ਉਸਦੇ ਨਾਲ ਇਹ ਸਭ ਵਾਪਰ ਗਿਆ। ਜਿੱਥੇ ਪਹਿਲਾਂ ਤੋਂ ਹੀ ਕਿਰਚਾਂ ਲੈ ਕੇ ਮੌਜੂਦ ਉਹਨਾਂ ਬਦਮਾਸ਼ਾਂ ਦੇ ਵੱਲੋਂ ਨੌਜਵਾਨ ਤੇ ਵਾਰ ਕੀਤੇ ਗਏ, ਕਿਰਚਾਂ ਮਾਰ ਮਾਰ ਕੇ ਉਸਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤੇ ਲਾਸ਼ ਨੂੰ ਸੁੱਟ ਕੇ ਫਰਾਰ ਹੋ ਗਏ। ਮਾਂ ਦਾ ਕਹਿਣਾ ਹੈ ਕਿ ਉਸਦੇ ਪੁੱਤ ਦੇ ਕਾਤਲਾਂ ਨੂੰ ਫੜ ਕੇ ਸਖ਼ਤ ਤੋਂ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ, ਜਿਸ ਲਈ ਉਹ ਪੁਲਿਸ ਤੋਂ ਮੰਗ ਕਰ ਰਹੀ ਹੈ ਕਿ ਜਲਦ ਤੋਂ ਜਲਦ ਉਸਦੇ ਪੁੱਤ ਦੇ ਕਾਤਲਾਂ ਨੂੰ ਫੜਿਆ ਜਾਏ। ਉੱਧਰ ਪੁਲਿਸ ਦਾ ਕਹਿਣਾ ਹੈ ਕਿ CCTV ਕੈਮਰੇ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਇਹਨਾਂ ਕਾਤਲਾਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਮੈਸੇਜ ਮਿਲਿਆ ਇੱਥੇ ਹੋਸਪਿਟਲ ਚ ਆਏ ਆ ਵੀ ਹਰਦੀਪ ਸਿੰਘ ਇਹਨੇ ਕਾਕਾ ਸਾਨੂੰ ਪ੍ਰਦੀਪ ਸਿੰਘ ਦਾ ਮਰਡਰ ਕਰਤਾ। ਬਿਆਨ ਲਿਖਦੇ ਉਹਦੀ ਮਾਤਾ ਦਾ, ਮਾਤਾ ਨਾਲ ਬਲਵਿੰਦਰ ਕੌਰ ਆ, ਜਿਹਦੇ ਖਿਲਾਫ ਲਿਖਾਵੇ ਕਿ ਬਿਆਨ ਉਹਦੇ ਖਿਲਾਫ ਕਿੰਨੀ ਕਾਰਵਾਈ ਕੀਤੀ ਜਾਏਗੀ। ਮੈਂ ਤੁਹਾਡੇ ਸਾਹਮਣੇ ਜਾਇਆ, ਮੈਂ ਕਿਹਾ ਜੀ ਆਪਾਂ ਇੰਨੀ ਡਿਟੇਲ ਪਤਾ ਲੱਗਾ, ਇਹਨਾਂ ਨੇ ਦੱਸਿਆ ਵੀ ਇਹਦਾ ਮਰਡਰ ਹੋਇਆ, ਅੱਗੇ ਤਬਦੀਸ਼ ਜਿਵੇਂ ਉਹਦੀ ਮਾਤਾ ਬਿਆਨ ਲਿਖਾਏਗੀ ਉਹ ਵੀ ਕਾਰਵਾਈ ਕਰ। ਪਤਾ ਨਹੀਂ ਵੀਰੇ ਅਜੇ ਤੱਕ ਕੋਈ ਲੱਗਾ, ਇਹਨਾਂ ਇੰਨਾ ਹੀ ਅਜੇ ਕਲੀਅਰ ਨਹੀਂ ਹੋ ਰਿਹਾ ਕਿਹੜੇ ਬੰਦੇ।